ਜਿਵੇਂ ਜਿਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸਰਕਾਰ ਹਰ ਵਰਗ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਾਅਦੇ ਵੀ ਕਰ ਰਹੀ ਹੈ। ਇਸੇ ਕੜੀ ਤਹਿਤ ਦੇਰ ਸ਼ਾਮ ਮੋਗਾ ਦੇ ਚੋਖਾ ਪੈਲੇਸ ਵਿੱਚ MLA ਜਗਿੰਦਰਪਾਲ ਜੈਨ ਦੁਆਰਾ ਵਪਾਰੀਆਂ ਲਈ ਰੱਖੇ ਪ੍ਰੋਗਰਾਮ ਵਿੱਚ ਵਪਾਰ ਵਿੰਗ ਦੇ ਪ੍ਰਧਾਨ ਮੋਹਨ ਲਾਲ ਬੱਗਾ ਅਤੇ ਬਠਿੰਡਾ ਤੋਂ ਵਿਧਾਇਕ ਸਰੂਪ ਚੰਦ ਸਿੰਗਲਾ ਤੋਂ ਇਲਾਵਾ ਡਿਪਟੀ CM ਦੇ OSD ਪਰਮਜੀਤ ਸਿੰਘ ਸਿੱਧਵਾ ਨੇ ਮੋਗਾ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਵੱਖ ਵੱਖ ਵਪਾਰੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸਰਕਾਰ ਦੇ ਨਾਮ ਮੰਗ ਪੱਤਰ ਵੀ ਭੇਜਿਆ। ਇਸ ਮੌਕੇ ਸਿੰਗਲਾ ਨੇ ਦੱਸਿਆ ਕਿ ਉਹ ਪੰਜਾਬ ਭਰ ਵਿੱਚ ਘੁੰਮ ਘੁੰਮ ਕੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੇ ਹਨ ਤਾਂ ਜੋ ਉਹਨਾਂ ਨੂੰ ਆਉਣ ਵਾਲੇ ਚੋਣ ਮੈਨੀਫੈਸਟੋ ਵਿੱਚ ਰੱਖਿਆ ਜਾ ਸਕੇ। ਹਾਂਜੀ, ਸਿੰਗਲਾ ਸਾਹਿਬ, ਸਾਰੇ ਸੂਬੇ ਤੁਹਾਡੇ ਵੱਲੋਂ ਵਪਾਰੀ ਵਰਗ ਨਾਲ ਮੀਟਿੰਗਾਂ ਕੀਤੀਆਂ ਗਈਆਂ, ਕੀ ਇਹਨਾਂ ਦਾ ਮੰਤਵ ਕੀ ਆ ਅਤੇ ਕੀ ਇਹਨਾਂ ਦਾ ਨਤੀਜਾ ਕੀ ਨਿਕਲ ਰਿਹਾ? ਜਿਹੜੀਆਂ ਸਾਰੇ ਸੂਬੇ ਦੇ ਵਿੱਚ ਸਰ ਮੀਟਿੰਗ, ਇਹਨਾਂ ਦਾ ਮੰਤਵ ਹੈ ਜੋ ਅਸੀਂ ਪਿਛਲੇ 2 ਸਾਲਾਂ ਤੋਂ ਕੀਤਾ ਵਪਾਰੀਆਂ ਨੇ ਕੀਤਾ, ਉਹਦੇ ਬਾਰੇ ਲੋਕਾਂ ਨੂੰ ਉਹਨਾਂ ਦਾ ਵਿਚਾਰ ਵਟਾਂਦਰਾ ਕਰਨਾ, ਆਉਣ ਵਾਲਾ ਜੋ ਚੋਣ ਮੈਨੀਫੈਸਟੋ ਹੈ ਤਿਆਰ ਕਰਨ ਲਈ ਉਹਨਾਂ ਦੀ ਰਾਇ ਲੈਣੀ ਅਤੇ ਨਾਲ ਹੀ ਜੋ ਸਮੱਸਿਆਵਾਂ ਮੌਕੇ 'ਤੇ ਹੱਲ ਹੋ ਸਕਦੀਆਂ ਉਹਨਾਂ ਨੂੰ ਹੱਲ ਕਰਾਉਣ ਲਈ ਇਹ ਮੀਟਿੰਗਾਂ ਰੱਖੀਆਂ। ਅੱਜ ਦੀ ਇਹ ਮੀਟਿੰਗ ਮੋਗਾ ਦੇ ਵਿੱਚ ਰੱਖੀ ਗਈ ਹੈ ਔਰ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਵਿੱਚ ਭਾਗ ਲਿਆ ਔਰ ਜੋ ਵੀ ਸੁਝਾਅ ਵਿਚਾਰ ਉਹਨਾਂ ਐਸੋਸੀਏਸ਼ਨਾਂ ਦੇ ਆਉਣਗੇ ਜਿਹੜੇ ਖੁਦ ਕਰਨ ਵਾਲੇ ਨੇ ਮੌਕੇ 'ਤੇ ਕੀਤੇ ਜਾਣਗੇ ਅਤੇ ਜਿਹੜੇ ਬਾਕੀ ਨੇ ਅਸੀਂ ਬੱਚਿਆਂ ਨੂੰ ਚੋਣ ਮੈਨੀਫੈਸਟੋ ਲਿਆ ਕੇ ਵਪਾਰੀਆਂ ਦੇ ਵਪਾਰ ਨੂੰ ਸੌਖਾ ਕਰਨਾ, ਸੁਖਾਲਾ ਕਰਨਾ ਸਾਡਾ ਮਕਸਦ ਹੈ। ਕਿਸ ਤਰ੍ਹਾਂ ਦੇ ਮੁੱਦੇ ਉੱਭਰ ਕੇ ਸਾਹਮਣੇ ਆਏ ਆ ਜਿਹੜੇ ਤੁਸੀਂ ਚੋਣ ਮੈਨੀਫੈਸਟੋ 'ਚ ਸ਼ਾਮਿਲ ਕਰਨੇ ਚਾਹੁੰਦੇ? ਇਸ ਤਰ੍ਹਾਂ ਦੇ ਜਿਵੇਂ 2-3 ਆਈਟਮਾਂ ਉਸ ਸੈਂਟਰ ਨਾਲ ਸੰਬੰਧਿਤ ਆਈਟਮਾਂ ਨੇ, ਜਿਵੇਂ ਪੈਸਟੀਸਾਈਡ ਦਾ ਮਾਮਲਾ ਹੈ, ਪੈਸਟੀਸਾਈਡ ਦੇ ਵਿੱਚ 35-40 ਸਾਲ ਬਣ ਕੇ ਉਸ ਉਹਨਾਂ ਨੂੰ ਸੈਂਟਰ ਸਰਕਾਰ ਨੇ ਇੱਕ ਲਾਜ਼ਮੀ ਕੀਤਾ ਹੈ ਕਿ PSC ਐਗਰੀਕਲਚਰ ਜੋ ਹੋਣਾ ਚਾਹੀਦਾ ਹੈ। ਮੈਂ ਕਹੂੰਗਾ ਕਿ ਇਹ ਜਿਹੜਾ ਹੈਗਾ ਵਪਾਰੀਆਂ ਵਾਸਤੇ ਬੜਾ ਔਖਾ ਹੈ ਕਿਉਂਕਿ ਜਿਹੜੇ ਪੁਰਾਣੇ ਲਾਇਸੈਂਸ ਹੈ ਉਹਨਾਂ 'ਤੇ ਲਾਗੂ ਨਹੀਂ ਹੋਣਾ ਚਾਹੀਦਾ, ਜਿਹੜੇ ਨਵੇਂ ਲਾਇਸੈਂਸ ਹੈ ਉਹਨਾਂ 'ਤੇ ਲਾਗੂ ਹੋਣਾ ਚਾਹੀਦਾ। ਅਤੇ ਅਸੀਂ ਵਪਾਰੀਆਂ ਨਾਲ ਹੀ ਗੱਲ ਕੀਤੀ ਹੈ ਕਿ ਇਹਨੂੰ ਅਸੀਂ ਸੈਂਟਰ ਸਰਕਾਰ ਨਾਲ ਇਹਦਾ ਮਾਮਲਾ ਉਠਾਵਾਂਗੇ ਅਤੇ ਮੈਨੂੰ ਉਮੀਦ ਹੈ ਕਿ ਇਹ ਮਸਲਾ ਜਿਹੜਾ ਹੈਗਾ ਅਸੀਂ ਆਉਣ ਵਾਲੇ ਟਾਈਮ ਹੱਲ ਕਰਨਾ। ਦੂਜਾ ਇੱਕ ਸਭ ਤੋਂ ਵੱਡੀ ਸਮੱਸਿਆ ਵਪਾਰੀਆਂ ਨੂੰ ਆ ਰਹੀ ਹੈ, ਡੱਬਾ ਬੰਦ ਜਿਹੜੇ ਸੈਂਪਲ ਆਉਂਦੇ ਆ, ਪੈਸਟੀਸਾਈਡ ਦੇ ਸੈਂਪਲ ਆਉਂਦੇ, ਉਹ ਸੈਂਪਲਾਂ ਦੇ ਵਿੱਚ ਜਿਹੜੀ ਕਿਤੇ ਸੈਂਪਲ ਫੇਲ ਹੁੰਦਾ ਹੈ ਅਤੇ ਇਹ ਕੰਪਨੀ ਦੇ ਨਾ ਹੋ ਕੇ ਵਪਾਰੀ ਤੇ ਪਹਿਲਾਂ ਪਾਰਟੀ ਨੂੰ ਪਾਇਆ ਜਾਂਦਾ ਹੈ, ਉਹਦਾ ਵੀ ਇੱਕ ਮਾਮਲਾ ਸਾਹਮਣੇ ਆ, ਉਹ ਵੀ ਅਸੀਂ ਸੈਂਟਰ ਸਰਕਾਰ ਨਾਲ ਕੰਮ ਕਰਕੇ ਹੱਲ ਕਰਾਵਾਂਗੇ। ਬਾਕੀ ਜਿਹੜੇ ਮਸਲੇ ਜਿਹੜੇ ਅਸੀਂ ਅਸੈਸਮੈਂਟ ਦੇ ਲੋਕਾਂ ਨੂੰ ਡਿਪਾਰਟਮੈਂਟ ਜਿਹੜਾ ਸੇਲ ਟੈਕਸ ਡਿਪਾਰਟਮੈਂਟ ਜ਼ਿਆਦਾ ਤੰਗ ਕਰਦਾ ਸੀਗਾ ਅਤੇ ਉਸ ਜਿਹੜਾ ਪਿਛਲੇ ਟਾਈਮ ਦੇ ਵਿੱਚ ਅਸੀਂ ਕੰਮ ਕੀਤਾ ਉਹ ਸਾਰੇ ਵਪਾਰੀ ਇਸ ਗੱਲ ਤੋਂ ਖੁਸ਼ ਹੈ ਕਿ ਸੇਲ ਟੈਕਸ ਡਿਪਾਰਟਮੈਂਟ ਤੋਂ ਵਪਾਰੀਆਂ ਨੂੰ ਕੋਈ ਸਮੱਸਿਆ ਇਸ ਟਾਈਮ ਦੀ। ਸਿੰਗਲਾ ਸਾਹਿਬ, ਵਿਰੋਧੀ ਧਿਰ ਵੱਲੋਂ ਜਿਹੜਾ ਸਭ ਤੋਂ ਵੱਡਾ ਮੁੱਦਾ ਛਾਲਿਆ ਜਾ ਰਿਹਾ ਉਹ ਇਹ ਹੈ ਕਿ ਇਸ ਮੌਜੂਦਾ ਸਰਕਾਰ ਵੱਲੋਂ ਸੂਬੇ ਦੀ ਇੰਡਸਟਰੀ ਨੂੰ ਅਤੇ ਵਪਾਰ ਤਬਾਹ ਕਰ ਦਿੱਤਾ ਗਿਆ, ਤੁਹਾਡਾ ਕੀ ਕਹਿਣਾ? ਮੈਂ ਕਹੂੰਗਾ ਕਿ ਨੋ ਡਾਊਟ ਰਿਸੈਸ਼ਨ, ਵਰਲਡਵਾਈਡ ਰਿਸੈਸ਼ਨ, ਔਰ ਉਹ ਰਿਸੈਸ਼ਨ ਦੀ ਮਾਰ ਪੰਜਾਬ ਹੀ ਨਹੀਂ ਸਾਰੇ ਹਿੰਦੁਸਤਾਨ 'ਚ, ਸਾਰੇ ਹਿੰਦੁਸਤਾਨ ਹੀ ਨਹੀਂ ਸਾਰੇ ਭਾਰਤ 'ਚ। ਜਿਹੜਾ ਪ੍ਰੋਸੈਸ ਨਵਾਂ ਚੱਲ ਰਿਹਾ, ਨਵੀਂ ਇੰਡਸਟਰੀ ਆ ਰਹੀ ਹੈ, ਨਵੀਂ ਟੈਕਨੀਕ ਆ ਰਹੀ ਹੈ, ਦੇਖੋ ਜਦੋਂ ਸਮੇਂ ਦਾ ਲੋੜ ਹੈ ਬਦਲਾਅ, ਬਦਲਾਅ ਨਾਲ ਕਈ ਇੰਡਸਟਰੀਆਂ ਖਤਮ ਹੋ ਰਹੀਆਂ, ਕਈ ਇੰਡਸਟਰੀਆਂ ਨਵੀਆਂ ਆ ਰਹੀਆਂ। ਜਿਹੜੀਆਂ ਇੰਡਸਟਰੀਆਂ ਖਤਮ ਹੋ ਰਹੀਆਂ ਉਹਦੀ ਥਾਂ 'ਤੇ ਬਹੁਤ ਵੱਡੀ ਨਵੀਂ ਇੰਡਸਟਰੀ ਲੱਗ ਰਹੀ ਹੈ। ਲੋਹੇ ਦੀ ਇੰਡਸਟਰੀ ਗੱਲ ਕਰਦੇ ਹਾਂ ਕਿ ਉਹਦੇ 'ਤੇ 4.75 ਟੈਕਸ ਹੁੰਦਾ, ਅਸੀਂ ਅੱਧਾ ਕੀਤਾ, ਅੱਧਾ ਕਰਕੇ ਅਸੀਂ ਕੁਛ ਪੈਸੇ ਟੈਕਸ ਕੀਤਾ ਉਹਦੇ 'ਤੇ ਲਾਇਆ, ਫਿਰ ਵੀ ਉਹ ਇੰਡਸਟਰੀ ਸਰਵਾਈਵ ਨਹੀਂ ਕਰਨੀ। ਇਹਦਾ ਮਤਲਬ ਜਿਹੜੀ ਨਵੀਂ ਟੈਕਨੀਕ ਆ ਉਹਦਾ 6 ਰੁਪਏ ਕਿਲੋ ਲੋਹਾ ਸਸਤਾ ਪੈ ਰਿਹਾ। ਅਸੀਂ ਜਿਹੜਾ ਇਹ ਜਿਹੜਾ ਵਿਰੋਧੀ ਧਿਰ ਹੈ ਜਿਹੜੀ ਸਾਡੀ, ਇਹਨਾਂ ਗਲਤ ਮਤਲਬ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਸਾਡੇ ਮੰਡੀ ਪ੍ਰਚਾਰ ਕਰ ਰਹੀ ਹੈ, ਜੋ ਇੰਡਸਟਰੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਆ ਰਹੀ ਹੈ ਆਉਣ ਵਾਲੇ ਟਾਈਮ ਦੇ ਵਿੱਚ, ਜਿਹੜੇ ਅਸੀਂ ਜਿਹੜੀ ਪਾਲਿਸੀ ਬਣਾਈ ਹੈ ਕਿ ਅੱਧਾ ਟੈਕਸ ਜਿਹੜਾ ਹੈਗਾ 50% ਟੈਕਸ ਵਪਾਰੀ ਇੰਡਸਟਰੀ ਵਾਲੇ ਆਪਦੇ ਉੱਪਰ ਰੱਖ ਸਕਣ, ਕਿ ਆਉਣ ਵਾਲੇ ਟਾਈਮ ਦੇ ਵਿੱਚ ਬੜਾ ਇਹਨੇ ਸਕਸੈਸ ਹੋਣਾ ਅਤੇ ਬੜੀ ਅੱਛੀ ਇਨਵੈਸਟਮੈਂਟ ਦੇ ਮੁਤਾਬਕ ਆ ਰਹੀ ਹੈ। ਜਿਹੜੇ ਵਿਰੋਧੀ ਧਿਰ ਹੈ ਬੇਸਿਰ ਪੈਰ ਵਾਲੀਆਂ ਗੱਲਾਂ ਕਰ ਰਹੀ ਹੈ, ਉਹਨਾਂ ਕੋਲ ਗੱਲ ਕਰਨ ਕੋਈ ਮੁੱਦਾ ਨਹੀਂ, ਬਦਨਾਮ ਕਰਨ ਤੋਂ ਇਲਾਵਾ ਕੁਛ ਨਹੀਂ ਹੈ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਸੇਵਕ, ਵੈਬ TV।
Audio Jungle.